ਅੱਜ ਆੜ੍ਹਤੀ ਐਸੋਸੀਏਸ਼ਨ ਨੇ ਸਾਨੂੰ ਬੁਲਾਇਆ ਸੀ, ਅੱਜ ਉਹਨਾਂ ਦੇ ਰੂਬਰੂ ਹੋਣ ਆਏ ਹਾਂ। ਸੋ ਜਿਹੜੇ ਵੀ ਕੋਈ ਕੰਮ ਰੁਕੇ ਸੀ, ਜਿਹੜੇ ਹੋਣ ਵਾਲੇ ਨੇ, ਕਿਉਂਕਿ ਚੋਣ ਜਾਬਤਾ ਲੱਗਾ ਹਾਲੇ ਤਾਂ ਕੁਛ ਕਰ ਨਹੀਂ ਸਕਦੇ, ਉਸ ਤੋਂ ਬਾਅਦ ਜਿਹੜਾ ਕਿਤੇ ਵਾਚ ਕਰਕੇ ਇਹਨੂੰ ਕੰਮ ਕੀਤਾ ਸੀ। ਵਿਚਾਰ ਚਰਚਾ ਕੀਤੀ ਰੋਸ ਕਾਹਦਾ, ਉਹਦੇ ਰੋਸ ਤੇ ਨਜ਼ਰ ਹੀ ਨਹੀਂ ਆਇਆ, ਕਿਉਂਕਿ ਉਹ ਤੇ ਗੱਲ ਕਰ ਰਹੇ ਦੱਸ ਰਹੇ ਨੇ। ਮੈਨੂੰ ਦੇਖੋ ਜੀ, ਜਦੋਂ ਲੋਕ ਇਲੈਕਸ਼ਨ ਲੜਦੇ ਹੋ, ਜਦੋਂ ਸੰਗਤ ਆਪ ਮੁਹਾਰੇ ਹੋ ਗਏ, ਫਿਰ ਮੁਕਾਬਲਾ ਕੋਈ ਨਹੀਂ। ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅੱਜ ਅੱਧੀ ਰਾਤ ਨੂੰ ਜੇ ਇੱਕ ਸੁਨੇਹਾ ਲੱਗਦਾ ਹੈ ਤਾਂ ਇਸ ਤਰ੍ਹਾਂ ਪਿਆਰ ਕਰਨ ਵਾਲੇ ਇੰਨੀ ਸੰਗਤ ਪਹੁੰਚ ਜਾਂਦੀ ਹੈ, ਇਹਦਾ ਮਤਲਬ ਫਿਰ ਇਹ ਜੋਸ਼ ਹੈ ਇਹਨਾਂ ਦੇ ਵਿੱਚ, ਕੋਈ ਵੱਖਰਾ ਚਮਕਦਾ ਹੈ। ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਥੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਪੰਚਾਇਤੀ ਜ਼ਮੀਨ ਬਹੁਤ ਜ਼ਿਆਦਾ, ਇੱਥੇ ਚਾਹੀਦੀ ਸੀ ਕੋਈ ਵੱਡੀ ਇੰਡਸਟਰੀ ਸਾਨੂੰ ਮਿਲਦੀ, ਵੱਡਾ ਪਲੈਨ ਆਊਟ ਕੋਈ ਇੱਥੇ ਹੁੰਦਾ, ਪਰ ਆਪਾਂ ਵਾਂਝੇ ਰਹਿ ਗਏ। ਕਾਰਨ ਕੀ ਆ? ਕਾਰਨ ਇਹ ਵੀ 10 ਸਾਲ ਬੀਜੇਪੀ ਸਰਕਾਰ ਰਹੀ, MP ਸਨੀ ਦਿਓਲ ਰਿਹਾ, ਹੁਣ ਜਿਹਨੇ ਰਹਿਣਾ ਹੈ ਬੰਬੇ ਉਹਨੇ ਇੱਥੇ ਦਾ ਕੀ ਸੋਚਣਾ। ਸੋ ਕਹਿਣ ਦਾ ਭਾਵ ਇਹ ਹੈ ਵੀ ਅੱਗੇ ਕਾਂਗਰਸ ਨੂੰ ਵੀ ਮੌਕਾ ਦੇ ਕੇ ਵੇਖ ਲਿਆ, ਜੇ ਚੰਗੇ ਕੰਮ ਕੀਤੇ ਹੋਣ ਤਾਂ ਲੋਕ ਆਪੇ ਵੋਟਾਂ ਪਾ ਦਿੰਦੇ। ਸੋ ਸਾਡੇ ਹੱਕ ਉੱਪਰ ਤੱਕ ਪਹੁੰਚਾਏ ਨਹੀਂ ਗਏ। ਸੋ ਇਸ ਵਾਰ ਸਾਡਾ ਫਰਜ਼ ਬਣਦਾ ਹੈ ਵੀ ਜੇ ਮੈਨੂੰ ਲੋਕ ਬਣਾ ਕੇ ਭੇਜਦੇ ਆ, ਮੈਂ ਆਪਣੇ ਲੋਕ ਸਭਾ ਗੁਰਦਾਸਪੁਰ ਦੀ, ਉਹਦੇ 'ਚ ਡੇਰਾ ਬਾਬਾ ਨਾਨਕ ਦੀ ਆਵਾਜ਼ ਜਿਹੜੀ ਆ ਉਹ ਵੀ ਮੈਂ ਰੱਖਾਂ, ਕਿਉਂਕਿ ਇਹ ਬਾਰਡਰ ਏਰੀਆ ਵਾ, ਇਹਦੀਆਂ ਆਪਣੀਆਂ ਬੜੀਆਂ ਸਮੱਸਿਆਵਾਂ ਨੇ। ਸੋ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰ। ਕਾਂਗਰਸ ਵਾਲੇ ਹਲੇ ਜ਼ਿਲ੍ਹੇ ਦੇ ਵਿੱਚ ਕੋਈ ਉਮੀਦਵਾਰ ਨਹੀਂ ਐਲਾਨ ਰਹੇ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਉਹ ਤੇ ਉਹਨਾਂ ਦੀ ਮਰਜ਼ੀ ਆ ਜੀ, ਇਹ ਨਾ ਹੋਵੇ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਵੀ ਛੇਤੀ ਐਲਾਨ ਦਿਓ, ਨਹੀਂ ਤੇ ਝਾੜੂ ਅਸੀਂ ਸਾਰੇ ਫਿਰ ਜਾਣਾ ਜੀ। ਮੈਂ ਸਲਾਹ ਦੇ ਸਕਦਾ, ਦੇਖੋ ਜੀ ਭਾਜਪਾ ਦਾ ਵਿਰੋਧ ਹੋਣਾ ਹੀ ਹੈ ਜੀ, 10 ਸਾਲ ਬੀਜੇਪੀ ਦੀ ਸਰਕਾਰ ਰਹੀ, 5 ਸਾਲ MP ਰਿਹਾ। ਮੈਂ ਪੁੱਛਣਾ ਚਾਹੁੰਦਾ ਇੱਕ ਕੰਮ ਗਣਾ ਦੇਣ, ਇੱਕ ਕੰਮ ਕੀ ਕੀਤਾ ਇਹਨੇ, ਇੱਕ ਕੰਮ ਗਣਾ ਦੇਣ, ਤੇ ਵਿਰੋਧ ਨਾ ਹੋਵੇ ਤੇ ਫਿਰ ਉਹ ਇਹਨਾਂ ਨੂੰ ਫਿਰ ਫੁੱਲਾਂ ਦੇ ਹਾਰ ਪਾਈ, ਠੀਕ ਹੈ ਨਾ ਜੀ। ਸੋ ਕਹਿਣ ਦਾ ਭਾਵ ਲੋਕ ਤਿਆਰ ਨੇ, ਅੱਗੇ ਸੀ ਲੋਕ ਜਾਤ ਪਾਤ ਪੰਥ ਧਰਮ ਦੇ ਨਾਂ ਤੇ ਵੋਟਾਂ ਪਾਉਂਦੇ, ਉਹਨਾਂ ਦਾ ਸਤਿਕਾਰ ਆ, ਉਹ ਇੱਕ ਅਲੱਗ ਮੈਟਰ ਆ, ਸਤਿਕਾਰ ਆ ਉਹਨਾਂ ਦਾ। ਪਰ ਜਿਹੜੀ ਸਿਆਸਤ ਹੈ, ਇਹ ਸਿਆਸਤ ਜਿਹੜੀ ਇਹ ਲੋਕ ਹੁਣ ਕੰਮ ਦੇ ਨਾਂ ਨੂੰ ਵੋਟਾਂ ਪਾਉਂਦੇ ਨੇ, ਜਿਹੜਾ ਕੰਮ ਕਰੂਗਾ ਉਹਨੂੰ ਲੋਕ ਅੱਗੇ ਲੈ ਕੇ ਆਉਣਗੇ। ਉਸ ਤਰ੍ਹਾਂ ਹੁਣ ਕੋਈ ਵੀ ਬੰਦਾ ਜਿਹੜਾ ਵਾ ਹਵਾ 'ਚ ਗੱਲਾਂ ਕਰਨ ਵਾਲਾ, ਜਿਸ ਤਰ੍ਹਾਂ ਸੰਨੀ ਦਿਓਲ ਨਲਕਾ ਪੁੱਟੀ ਜਾਂਦਾ ਸੀ, 2.5 ਕਿਲੋ ਦਾ ਹੱਥ ਲੱਭਾ, ਗੱਲਾਂ ਨੂੰ ਵੋਟ ਨਹੀਂ ਪੈਣੀ, ਹੁਣ ਕੰਮ ਨੂੰ ਵੋਟ ਪਾਉਣੀ, ਠੀਕ ਹੈ।